ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ। ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਇੱਕ ਤੋਂ ਬਾਅਦ ਇੱਕ ਬੂਥ ਦੇ ਉੱਪਰ ਅਮਰਿੰਦਰ ਸਿੰਘ ਰਾਜਾ ਆਪਣੇ ਪਹੁੰਚ ਰਹੇ ਨੇ। ਤਸਵੀਰਾਂ ਦੇ ਵਿੱਚ ਵਿਖਾਵਾਂਗੇ ਦੁਗਰੀ ਇਲਾਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੂਥ ਦੇ ਉੱਪਰ ਪਹੁੰਚੇ ਨੇ ਅਮਰਿੰਦਰ ਸਿੰਘ ਰਾਜਾ ਆਪਣੇ, ਕਿਉਂਕਿ ਜਿੱਥੇ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਉਸਦੇ ਨਾਲ ਨਾਲ ਹਰ ਇੱਕ ਪੱਖ ਦੇਖਿਆ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ। ਸੋ ਵੜਿੰਗ ਸਾਹਿਬ ਸਾਡੇ ਨਾਲ ਮੌਜੂਦ ਨੇ। ਵੜਿੰਗ ਸਾਹਿਬ, ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਹਰ ਇੱਕ ਬੂਥ 'ਤੇ ਜਾ ਰਹੇ ਹੋ ਜਿੱਥੇ ਵੋਟਰਾਂ ਨੂੰ ਉਤਸ਼ਾਹਿਤ ਕਰ ਰਹੇ ਹੋ ਔਰ ਉੱਥੇ ਹਰ ਇੱਕ ਚੀਜ਼ ਵਾਚ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਬਸ ਤਕੜੇ ਹੋ ਕੇ ਜਿਸ ਪ੍ਰਕਾਰ ਦਾ ਉਤਸ਼ਾਹ ਹੈ, ਲੋਕ ਬਹੁਤ ਸਿਆਣੇ ਹੈ, ਸਮਝਦਾਰ ਹੈ ਔਰ ਲੋਕ ਹਰ ਚੀਜ਼ ਸਮਝਦੇ ਹੈ। ਲੋਕ ਬਹੁਤ ਉਤਸ਼ਾਹ ਨਾਲ ਵੋਟਾਂ ਪਾ ਰਹੇ ਹੈ, ਇਹ ਰਸ਼ ਦੱਸ ਰਹੇ ਹੈ, ਲੋਕਾਂ ਦੇ ਚਿਹਰੇ ਦੱਸ ਰਹੇ ਹੈ। ਵਿਰੋਧੀ ਵੀ ਜਿਹੜੀਆਂ ਕੋਝੀਆਂ ਹਰਕਤਾਂ ਕਈ ਕਰ ਰਹੇ ਨੇ ਔਰ ਤੁਸੀਂ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਨੂੰ ਜਵਾਬ ਵੀ ਦੇ ਰਹੇ ਹੋ, ਉਸ ਬਾਰੇ ਵੀ ਥੋੜਾ ਜਿਹਾ ਦੱਸੋ। ਦੇਖੋ, ਪਹਿਲਾਂ ਤਾਂ ਮੈਂ ਇੰਨੇ ਵਾਹੀਆਤ ਬੰਦੇ ਕਦੇ ਨਹੀਂ ਦੇਖੇ ਪੋਲਿਟਿਕਸ ਦੇ ਵਿੱਚ। ਆ ਇੱਕ ਮੁੰਡਾ ਹੈ ਪਰਾਸ਼ਰ ਦਾ ਮੁੰਡਾ, ਮੈਂ ਉੱਥੇ ਸੁਸ਼ੀਲ ਪਰਾਸ਼ਰ ਆ ਸਾਡਾ ਸੇਵਾ ਦਲ ਦਾ ਆਗੂ ਹੈ, ਉਹ ਇਹਨਾਂ ਦੇ ਤਾਏ ਦਾ ਬੇਟਾ ਹੈ, ਇੱਕ ਗਲੀ ਬੰਦਾ ਉਹਦੇ 'ਚ 5 ਘਰ ਹੈ, ਉੱਥੇ ਪੱਪੀ ਪਰਾਸ਼ਰ ਵੀ ਰਹਿੰਦਾ। ਉਹ ਮੈਨੂੰ ਕਹਿੰਦਾ ਮੇਰੇ ਘਰ ਮੈਨੂੰ ਦਬਕੇ ਮਾਰ ਦੇ, ਤੂੰ ਮੇਰੇ ਘਰ ਚੱਲਣਾ, ਅਤੇ ਮੈਨੂੰ ਡਰਾਉਂਦੇ ਹੈ ਹਮੇਸ਼ਾ। ਮੈਂ ਉਹਦੇ ਘਰ ਗਿਆ, ਉੱਥੇ ਇਹ ਆ ਗਏ ਭਾਈ ਸਾਹਿਬ, ਇਹਦਾ ਮੁੰਡਾ ਜਿਹੜਾ ਹੈਗਾ ਪੱਪੀ ਦਾ, ਕਿਉਂਕਿ ਉਹ ਗਲੀ ਡੋਮੀਨੇਟ ਕਰਦੇ ਉੱਥੇ। ਉਹ ਮੈਨੂੰ ਕਹਿੰਦਾ ਮੇਰੀ ਵੋਟ ਦੀ ਤੁਸੀਂ ਪਵਾ ਕੇ ਆਓ, ਮੈਨੂੰ ਨਾਲ ਲੈ ਕੇ ਜਾਓ, ਮੇਰੀ ਅਤੇ ਮੇਰੀ ਮਿਸਿਜ਼ ਨੂੰ ਸਾਥੋਂ ਲਾਈਨ 'ਚ ਨਹੀਂ ਖੜਿਆ ਜਾਂਦਾ, ਸਾਡੇ ਹਾਲਾਤ ਠੀਕ ਨਹੀਂ ਹੈ, ਮੇਰੀ ਬਾਈਪਾਸ ਹੋਈ ਹੈ। ਇਹ ਕਹਿਣ ਲੱਗੇ ਚਾਹ ਪੀਓ, ਮੈਂ ਕਿਹਾ ਵੀ ਚਾਹ ਨਹੀਂ ਪੀਣੀ, ਤੂੰ ਇੱਥੇ ਹੀ ਗੱਲ ਕਰਦਾ। ਇਹਨਾਂ ਨੇ ਮੇਰੇ ਨਾਲ ਬੈਠ ਕੇ ਫੋਟੋ ਖਿਚਾਈ ਅਤੇ ਕਹਿਣ ਲੱਗਿਆ, ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਉਹ ਫੋਟੋ ਨੂੰ ਵਾਇਰਲ ਕਰਕੇ ਅਤੇ ਆਪ ਮੀਡੀਆ ਦੇ ਸਨਮੁੱਖ ਹੁੰਦਾ ਕਿ ਮੈਨੂੰ ਰਾਜਾ ਵੜਿੰਗ ਨੇ ਸਮਰਥਨ ਦਿੱਤਾ। ਮੈਂ ਪੁੱਛਣਾ ਚਾਹੁੰਦਾ ਤੇਰੀ ਔਕਾਤ ਕੀ ਹੋਏ? ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਤੇਰੀ ਔਕਾਤ ਕੀ ਹੈ? 3 ਵਾਰ ਦਾ ਮੈਂ ਮਿਲੇ, ਆਲ ਇੰਡੀਆ ਪ੍ਰਧਾਨ ਹੈ, ਮੈਂ ਕਾਂਗਰਸ ਦਾ ਪ੍ਰਧਾਨ, ਤੇਰੇ ਵਰਗੇ ਮੇਰੇ ਗੇਟ ਦੇ ਬਾਹਰ ਖੜੇ ਰਹਿੰਦੇ ਆ 10-10 ਘੰਟੇ। ਸੋ ਮੇਰੇ ਕਹਿਣ ਦਾ ਮਤਲਬ ਆਪਦੀ ਔਕਾਤ 'ਚ ਰਹਿਣਾ ਚਾਹੀਦਾ ਬੰਦੇ ਨੂੰ। ਮਾਫ਼ੀ ਚਾਹੁੰਦਾ ਮੈਂ ਇਹੋ ਜਿਹੇ ਸ਼ਬਦ ਵਰਤ ਰਿਹਾ, ਉਹਦਾ ਕਾਰਨ ਹੈ ਕਿ ਗੁੱਸਾ ਚੜਿਆ ਹੋਇਆ। ਅਤੇ ਦੂਸਰਾ ਉਹ ਬਿੱਟੂ, 3 ਵਾਰੀ ਉਹ MP ਬਣ ਗਿਆ, ਉਹਦੀਆਂ ਹਰਕਤਾਂ ਬੱਚਿਆਂ ਤੋਂ ਵੀ ਬਦਤਰ ਨੇ। ਉਹਨੇ ਪਹਿਲਾਂ ਇੱਕ ਹਰਕਤ ਕੀਤੀ ਲਾਈਵ ਹੋ ਕੇ, ਕਹਿੰਦਾ ਡਾਬਰ ਸਾਹਿਬ ਦੇ ਹਲਕਾ ਇੰਚਾਰਜ ਸੀ, ਇਹਨਾਂ ਨੂੰ ਰਾਜੇ ਵੜਿੰਗ ਨੇ ਬਦਲ ਕੇ ਕੋਈ ਹੋਰ ਲਾਤਾ। KC ਵੇਣੂਗੋਪਾਲ ਦੀ ਇੱਕ ਚਿੱਠੀ ਝੂਠੀ 4 ਦਿਨ ਪਹਿਲਾਂ ਰਿਲੀਜ਼ ਕਰਤੀ, ਫਿਰ ਉਹਨੇ ਕਹਿੰਦਾ ਸੰਜੇ ਤਲਵਾਰ ਦੇ ਲਾਤਾ ਜਾਣ ਬੁੱਝ ਕੇ, ਕਿਉਂਕਿ ਕੋਈ ਮੁੱਦਾ ਤਾਂ ਹੈ ਹੀ ਨਹੀਂ। ਪਹਿਲਾਂ ਮੈਨੂੰ ਕਹਿੰਦੇ ਸੀ ਸੈਲਾਨੀ ਇੱਥੇ ਇਹ ਸੈਰ ਸਪਾਟਾ ਕਰਨ ਵਾਸਤੇ ਆਇਆ। ਸੋ ਕਹਿਣ ਦਾ ਮਤਲਬ ਮੇਰੇ ਪਿਓ ਦੇ ਇਹ ਮੇਰੇ ਮਾਮੇ ਲੱਗਦੇ ਆ ਵੀ ਇਹਨਾਂ ਨੂੰ ਮੈਂ, ਜਿੰਨੇ ਵੀ ਮਾਮਲੇ ਸਾਹਮਣੇ ਆ ਰਹੇ ਨੇ ਤੁਸੀਂ ਸਪਸ਼ਟੀਕਰਨ ਦੇ ਰਹੇ ਹੋ ਔਰ ਤਰਕ ਦੇ ਕੇ ਸਾਰੇ ਸਬੂਤ ਸਾਹਮਣੇ ਰੱਖ ਰਹੇ ਹੋ, ਕੀ ਲੱਗਦਾ ਕਿ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ? ਇਹਨਾਂ ਨੇ 4 ਦਿਨ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਆਡੀਓ ਰਿਲੀਜ਼ ਕਰਤੀ, ਹਾਂ ਮੇਰੀ ਆਵਾਜ਼ ਈਵਨ ਸਰਦਾਰ ਚੰਨੀ ਸਾਹਿਬ ਦੀ ਵੀ, ਸਾਰੀ ਕਾਂਗਰਸ ਨੇ ਕਹਿਤਾ ਕਿ ਅਸੀਂ ਵੋਟਾਂ ਜਿਹੜੀਆਂ ਅਸੀਂ ਲੜਾਈ ਨਹੀਂ ਦੇ ਸਕਦੇ, ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ। ਅੱਜ ਇਹਨਾਂ ਨੇ ਰਾਹੁਲ ਗਾਂਧੀ ਦਾ ਨਕਲੀ ਟਵੀਟ ਬਣਾਤਾ, ਔਰ ਅਸੀਂ ਕੰਪਲੇਂਟ ਕੀਤੀ ਹੈ ਕਿ ਰਾਹੁਲ ਗਾਂਧੀ ਕਹਿੰਦਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ। ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹਾਰ ਚੁੱਕੀ ਹੈ ਔਰ ਬਿੱਟੂ ਦਾ ਅਤੇ ਤੁਹਾਡਾ ਰਿਸ਼ਤਾ ਲੋਕਾਂ ਨੂੰ ਪਤਾ ਲੱਗ ਚੁੱਕਿਆ। ਸੋ ਰਾਜਾ ਵੜਿੰਗ ਬਾਬੇ ਦੀ ਕਿਰਪਾ ਦੇ ਨਾਲ ਇਹੋ ਜਿਹੀਆਂ ਘਟੀਆ ਹਰਕਤਾਂ ਨਹੀਂ ਕਰਦਾ। ਕਿਸੇ ਨੂੰ ਨਾਲ ਮਿਲ ਲਿਆ ਜਾਂ ਤੁਸੀਂ ਮੈਨੂੰ ਮਿਲਣ ਆ ਗਏ, ਉਹ ਫੋਟੋ ਰਿਲੀਜ਼ ਕਰਕੇ ਕਹੋਗੇ ਮੈਨੂੰ ਸਮਰਥਨ। ਕੱਲ੍ਹ ਦਾ ਟੋਟਰੂ ਜਵਾਕ ਰਾਜੇ ਵੜਿੰਗ ਨੇ ਰੱਖਿਆ ਨਹੀਂ ਤੇਰਾ ਸਮਰਥਨ, ਮੇਰੀ ਆਵਾਜ਼ ਕਿੱਥੇ ਹੈ? ਤੇਰੇ ਘਰੇ ਆ ਕੇ ਕੰਨ 'ਚ ਕਹਿ ਗਿਆ ਮੈਂ ਸਮਰਥਨ। ਵੜਿੰਗ ਸਾਹਿਬ, ਇਹ ਬੌਖਲਾਹਟ ਲੱਗਦੀ ਹੈ ਵਿਰੋਧੀਆਂ ਦੀ ਜੋ ਅਜਿਹੀ ਨਹੀਂ, ਬੁਰੀ ਤਰ੍ਹਾਂ ਫਲੋਪ ਹੋ ਚੁੱਕੇ ਹੈ, ਖਤਮ ਹੋ ਚੁੱਕੇ ਹੈ ਔਰ ਇਹ 3 ਨੰਬਰ 'ਤੇ ਰਹੂਗਾ। ਚੌਥੇ ਨੰਬਰ ਦੀ ਗੇਮ ਹੈ ਇਹਨਾਂ ਦੋਵਾਂ ਦੀ, ਆ ਬਿੱਟੂ ਅਤੇ ਝਾੜੂ ਦੀ, ਕਿਉਂਕਿ ਦੋਵੇਂ ਰਲੇ ਸੀ, ਸਮਝੌਤੇ ਨਾਲ ਕੈਂਡੀਡੇਟ ਦਿੱਤਾ ਸੀ।
ਸ਼ਕਲ ਮਤਲਬ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ, ਕੋਈ ਸੰਸਦ ਵਿੱਚ ਭੇਜਣ ਵਾਲਾ ਵਿਅਕਤੀ ਹੈ? ਲੁਧਿਆਣੇ ਦੇ ਵੋਟਰ ਤੁਹਾਨੂੰ ਹਰ ਇਲਾਕੇ 'ਚੋਂ ਪਿਆਰ ਦੇ ਰਹੇ ਨੇ, ਤੁਹਾਡਾ ਕੋਈ ਖਾਸ ਸੁਨੇਹਾ ਲੁਧਿਆਣੇ ਦੇ ਵੋਟਰਾਂ ਦੇ? ਬਸ ਮੇਰਾ ਇਹ ਬੇਨਤੀ ਹੈ ਕਿ ਲੁਧਿਆਣੇ ਦੀ ਤਰੱਕੀ ਵਾਸਤੇ ਵੋਟ ਪਾਓ, ਦੇਸ਼ ਦੀ ਤਰੱਕੀ ਵਾਸਤੇ ਵੋਟ ਪਾਓ। ਇਹਨਾਂ ਲੋਕਾਂ ਨੂੰ ਜਿਹੜੇ ਗਮਰਾਹ ਕਰਦੇ ਆ, ਲੋਕਾਂ ਨੂੰ ਗਲਤ ਕਰੀਹੇ ਪਾਉਂਦੇ ਆ, ਰਾਸਤੇ ਪਾਉਂਦੇ, ਇਹਨਾਂ ਲੋਕਾਂ ਨੂੰ ਇਗਨੋਰ ਕਰੋ। ਸਮਾਂ ਦੇਣ ਲਈ ਸ਼ੁਕਰੀਆ। ਸੋ ਇਹ ਸਨ ਰਾਜਾ ਵੜਿੰਗ। ਸੋ ਤੁਸੀਂ ਵੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਬੂਥ ਦੇ ਉੱਪਰ ਪਹੁੰਚ ਰਹੇ ਨੇ ਔਰ ਹਰ ਇੱਕ ਪੱਖੋਂ ਵਾਚਿਆ ਜਾ ਰਿਹਾ, ਕਿਉਂਕਿ ਜੋ ਗੁੰਮਰਾਹਕੁਨ ਬਿਆਨ ਵਿਰੋਧੀਆਂ ਵੱਲੋਂ ਰਾਜਾ ਵੜਿੰਗ ਦੇ ਲਈ ਬਾਰ ਬਾਰ ਚਾਹੇ ਸੋਸ਼ਲ ਮੀਡੀਆ ਪਲੇਟਫਾਰਮ ਹੋਣ ਜਾਂ ਵਟਸਐਪ ਦੇ ਉੱਪਰ ਦਿੱਤੇ ਜਾ ਰਹੇ ਨੇ, ਜਿਸ ਨੂੰ ਲੈ ਕੇ ਫੀਲਡ ਦੇ ਵਿੱਚ ਨੇ ਰਾਜਾ ਵੜਿੰਗ ਔਰ ਜਿੱਥੇ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ, ਉਸ ਦੇ ਨਾਲ ਨਾਲ ਤਮਾਮ ਵੋਟਰਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ। ਸੋ ਬਿਲਕੁਲ ਚਰਮ ਸੀਮਾ 'ਤੇ ਹੈ ਇਹ ਮਹਾਂ ਸੰਗਰਾਮ। ਲੋਕ ਸਭਾ 2024 ਸੱਤਵੇਂ ਪੜਾਅ ਦੇ ਤਹਿਤ ਪੰਜਾਬ ਦੇ ਵਿੱਚ ਵੋਟਿੰਗ ਹੋ ਰਹੀ ਹੈ ਔਰ ਲੁਧਿਆਣਾ ਜਿਸਦਾ ਸਿਆਸੀ ਪਾਰਾ ਸਿਖਰਾਂ 'ਤੇ ਹੈ। ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਚੋਣ ਵਾਲਿਆਂ ਨੂੰ, ਲੁਧਿਆਣੇ ਦੇ ਵੋਟਰਾਂ ਨੂੰ ਮਿਲ ਰਹੇ ਨੇ ਹਰ ਇੱਕ ਬੂਥ 'ਤੇ ਜਾ ਕੇ, ਔਰ ਸਾਡੇ ਨਾਲ ਵੀ ਜੋ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ। ਕੈਮਰਾਮੈਨ ਸਤਵੰਤ ਦੇ ਨਾਲ ਮੈਂ ਅਮਨ ਸਿੰਘ, ਲੁਧਿਆਣਾ ਟਾਈਮਜ਼।